ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਗੁਰੂਆਂ ਦੇ ਪਵਿੱਤਰ ਬਚਨਾਂ ਨੂੰ ਜਿਹਨੂੰ ਅਸੀਂ ਤਿਲਾਂਜਲੀ ਦੇ ਚੁੱਕੇ ਹਨ, ਜਿਸ ਕਰਕੇ ਅੱਜ ਪਾਣੀ ਦਾ ਪੱਧਰ ਧਰਤੀ ਹੇਠ ਘਟਦਾ ਜਾ ਰਿਹਾ ਹੈ, ਜਿਸ ਨੂੰ ਬਚਾਉਣ ਦੇ ਲਈ ਜਿੱਥੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਅੱਗੇ ਆ ਰਹੀਆਂ ਹਨ, ਉੱਥੇ ਹੀ ਸਰਕਾਰ ਦੇ ਵੱਲੋਂ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਅਜਿਹਾ ਇੱਕ ਬਹੁਤ ਅੱਛਾ ਉਪਰਾਲਾ ਜ਼ਿਲ੍ਹਾ ਰੂਪਨਗਰ ਦੇ ਬਲਾਕ ਨੂਰਪੇਵੀ ਦੀ ਪੈਂਦੇ ਪਿੰਡ ਚਨੋਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਕੀਤਾ ਜਾ ਰਿਹਾ ਹੈ, ਜਿੱਥੇ ਕਿ ਸਰਕਾਰ ਦੇ ਵੱਲੋਂ ਇੱਕ ਪਾਇਲਟ ਪ੍ਰੋਜੈਕਟ ਲਗਾਇਆ ਗਿਆ ਹੈ, ਜਿਸ ਵਿੱਚ ਇੱਕ ਜੋ ਬਰਸਾਤ ਦਾ ਪਾਣੀ ਸਟੋਰੇਜ ਕਰਕੇ ਧਰਤੀ ਹੇਠ ਪਾਉਣ ਦਾ ਪ੍ਰੋਜੈਕਟ ਲਗਾਇਆ ਗਿਆ। ਮੈਂ ਸਭ ਤੋਂ ਪਹਿਲਾਂ ਤੁਹਾਨੂੰ ਲਾਈਵ ਤਸਵੀਰਾਂ ਦਿਖਾਵਾਂਗਾ ਕਿ ਇੱਕ ਹੋਲ ਹੈ ਅਤੇ ਜੋ ਪਾਈਪਲਾਈਨ ਇਹ ਲੰਬੀ ਜਾ ਰਹੀ ਹੈ, ਜਿਸ ਨੇ ਕਿ ਧਰਤੀ ਜੋ ਛੱਤਾਂ ਨਾਲ ਪਾਣੀ ਹੈ, ਬਰਸਾਤ ਹੋਵੇਗੀ ਜੇ ਕੋਠਿਆਂ ਦੇ ਉੱਤੇ ਪਾਣੀ ਜੋ ਪਏਗਾ, ਉਸ ਤੋਂ ਬਾਅਦ ਪਤਨਾਲੇ ਰਾਹੀਂ ਇੱਕ ਬਿਲਕੁਲ ਬੰਦ ਤਰੀਕੇ ਨਾਲ ਪਾਈਪ ਲਗਾਏ ਗਏ ਨੇ, ਉਸ ਪਾਈਪ ਦੇ ਰਾਹੀਂ ਪਾਣੀ ਹੁੰਦਾ ਹੋਇਆ ਇਸ ਹੋਲ ਦੇ ਵਿੱਚ ਪਏਗਾ। ਉਸ ਤੋਂ ਬਾਅਦ ਇੱਥੇ ਪਾਣੀ ਦੀ ਫਿਲਟਰੇਸ਼ਨ ਹੋਣ ਤੋਂ ਬਾਅਦ ਇਹ ਪਾਣੀ ਡਾਇਰੈਕਟ ਇਸ ਪਿੰਡ ਦੇ ਵਿੱਚ ਜੋ ਕਿ ਸਕੂਲ ਦੇ ਵਿੱਚ ਪੁਰਾਣਾ ਖੂਹ ਹੈ, ਇਸ ਵਿੱਚ ਇਹ ਪਾਣੀ ਡਿੱਗੇਗਾ। ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ, ਇਸ ਵਿੱਚ ਡਿੱਗੇਗਾ ਜੋ ਕਿ ਪਾਣੀ ਧਰਤੀ ਹੇਠ ਸਮਾ ਜਾਵੇਗਾ, ਕਿਉਂਕਿ ਪੁਰਾਣਾ ਖੂਹ ਹੈ। ਸੋ ਇੱਕ ਵੱਡਾ ਪ੍ਰੋਜੈਕਟ, ਵੱਡਾ ਉਪਰਾਲਾ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ, ਕਿਉਂਕਿ ਲਗਾਤਾਰ ਧਰਤੀ ਹੇਠ ਘਟ ਰਹੇ ਪਾਣੀ ਦਾ ਪੱਧਰ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਸੋ ਸਰਕਾਰ ਵੱਲੋਂ ਇਸ ਚੀਜ਼ ਨੂੰ ਪ੍ਰਮੁੱਖਤਾ ਨਾਲ ਲੈਂਦਿਆਂ ਹੋਇਆਂ ਅੱਜ ਇਹ ਪ੍ਰੋਜੈਕਟ, ਪਹਿਲਾ ਪਾਇਲਟ ਪ੍ਰੋਜੈਕਟ ਜ਼ਿਲ੍ਹਾ ਰੂਪਨਗਰ ਦੇ ਪਿੰਡ ਚਨੋਲੀ ਵਿਖੇ ਲਗਾਇਆ ਗਿਆ ਹੈ। ਸੋ ਆਓ ਅਸੀਂ ਗੱਲਬਾਤ ਕਰਦੇ ਹਾਂ ਪਿੰਡ ਦੇ ਸਰਪੰਚ ਦੇ ਨਾਲ ਅਤੇ ਇਸ ਮੌਕੇ ਦੇ ਮੌਜੂਦ ਅਧਿਕਾਰੀਆਂ ਦੇ ਨਾਲ, ਉਹਨਾਂ ਤੋਂ ਜਾਣਕਾਰੀ ਲੈਂਦੇ ਹਾਂ ਕਿ ਇਹ ਪ੍ਰੋਜੈਕਟ ਕੀ ਹੈ ਅਤੇ ਇਸ ਰਾਹੀਂ ਕਿਸ ਤਰੀਕੇ ਨਾਲ ਪਾਣੀ ਨੂੰ ਸਟੋਰ ਕੀਤਾ ਜਾਵੇਗਾ। ਪ੍ਰੋਜੈਕਟ ਲਗਾਇਆ ਜਾ ਰਿਹਾ, ਇਸ ਬਾਰੇ ਜਾਣਕਾਰੀ ਦਿਓ ਜੀ। ਹਾਂਜੀ ਸਰ, ਇਹ ਜਿਹੜਾ ਹੈਗਾ ਹੈ ਆਪਣਾ ਪਾਣੀ ਨੂੰ ਬਚਾਉਣ ਲਈ ਜਿਹੜਾ ਹੈਗਾ ਚੰਗਾ ਉਪਰਾਲਾ ਕੀਤਾ ਜਾ ਰਿਹਾ ਹੈ। ਮਨਰੇਗਾ ਦੁਆਰਾ ਸਾਡਾ ਸਾਰਾ ਪ੍ਰੋਜੈਕਟ ਹੈ ਜਿਹੜਾ ਲੱਗ ਰਿਹਾ ਹੈ ਚਨੋਲੀ ਪਿੰਡ 'ਚ, ਪਹਿਲਾ ਪ੍ਰੋਜੈਕਟ ਹੈ ਜੀ ਜ਼ਿਲ੍ਹੇ ਦਾ ਸਾਡਾ। ਡੀਸੀ ਸਾਹਿਬ ਵੱਲੋਂ ਸਾਨੂੰ ਇੱਕ ਪ੍ਰੋਜੈਕਟ ਲਾਉਣ ਲਈ ਪਾਇਲਟ ਪ੍ਰੋਜੈਕਟ ਦਾ ਜਿਹੜਾ ਆਦੇਸ਼ ਦਿੱਤਾ ਗਿਆ ਸੀਗਾ ਜੀ। ਇਹ ਪ੍ਰੋਜੈਕਟ ਤਕਰੀਬਨ 1500 ਸਕੇਅਰ ਫੁੱਟ ਹੈ ਜੀ। ਆਪਣੀ ਐਵਰੇਜ ਬਾਰਿਸ਼ ਸਾਲ ਦੌਰਾਨ ਜਿਹੜੀ ਹੈਗੀ ਹੈ 700 mm ਪੈਂਦੀ ਹੈ ਇੱਕ ਸਾਲ। ਤਕਰੀਬਨ 1,00,000 ਲੀਟਰ ਆਪਾਂ ਪਾਣੀ ਜਿਹੜਾ ਹੈਗਾ ਹੈ ਖੂਹ 'ਚ, ਮਤਲਬ ਆਪਾਂ ਧਰਤੀ 'ਚ ਦੁਬਾਰੇ ਵਾਪਸ ਬਾਰਿਸ਼ ਦਾ ਵਧੀਆ ਪਾਣੀ ਜਿਹੜਾ ਸਾਫ਼ ਪਾਣੀ ਹੁੰਦਾ ਹੈ, ਜਿਹ 'ਚ ਕੋਈ ਮਤਲਬ ਆਕਸੀਜਨ ਸਭ ਕੁਛ ਚੰਗੀ ਮਾਤਰਾ ਵਿੱਚ ਘੁਲਿਆ ਹੁੰਦਾ ਹੈ, ਗੈਸਾਂ ਵਧੀਆ ਹੁੰਦੀਆਂ, ਅਤੇ ਉਹ ਡਾਇਰੈਕਟ ਆਪਾਂ ਜਿਹੜਾ ਹੈਗਾ ਧਰਤੀ ਵਿੱਚ ਪਾਵਾਂਗੇ ਇਸ ਪ੍ਰੋਜੈਕਟ ਨਾਲ। ਅਤੇ ਬਾਕੀ ਪੱਧਰ ਜਿਹੜਾ ਹੈਗਾ, ਬਾਕੀ ਆਲੇ ਦੁਆਲੇ ਦੇ ਖੂਹਾਂ ਦਾ ਪੱਧਰ ਜਾਂ ਬੋਰਾਂ ਦਾ ਪੱਧਰ ਜਿਹੜਾ ਪਾਣੀ ਦਾ ਹੈਗਾ ਉਹ ਵੀ ਉੱਚਾ ਆਉਣ ਦੀ ਉਮੀਦ ਹੈ ਸਾਨੂੰ। ਅਤੇ ਇਹ ਸਾਰਾ ਪ੍ਰੋਜੈਕਟ ਟੋਟਲ ਕਲੋਜ਼ਡ ਸਿਸਟਮ ਹੈ ਸਰ, ਓਪਨ ਕੋਈ ਨਹੀਂ ਰੱਖਿਆ ਇਹ 'ਚ ਕਿ ਬਾਹਰੋਂ ਕੋਈ ਖਾਦ ਐਂਟਰ ਹੋ ਜਾਏ, ਖੇਤਾਂ ਦੀ ਖਾਦ ਜਾਂ ਕੋਈ ਹੋਰ ਜੀਵ ਕੋਈ ਮਰਿਆ ਹੁੰਦਾ ਕਈ ਵਾਰ ਖਾਲਿਆਂ 'ਚ ਪਿਆ ਰਹਿੰਦਾ ਉਹ ਐਂਟਰ ਹੋ ਜਾਏ, ਉੱਦਾਂ ਦਾ ਕੁਛ ਨਹੀਂ ਹੈਗਾ। ਸਾਰਾ ਢਕਿਆ ਢਕਾਇਆ ਪ੍ਰੋਜੈਕਟ ਹੈ ਜੀ ਇਹ, ਸਾਰਾ ਸਿਸਟਮ ਪਾਣੀ ਸਾਫ਼ ਹੋ ਕੇ ਹੀ ਅੰਦਰ ਜਾਏਗਾ ਖੂਹ 'ਚ। ਇਹ ਸਰ ਜਿਹੜਾ ਇਹਦਾ ਸਟੋਰ ਦਾ ਸਿਸਟਮ ਜਿਹੜਾ ਹੈਗਾ, ਇਹ ਸਟੋਰੇਜ ਇੱਕ ਤਰ੍ਹਾਂ ਦੀ ਧਰਤੀ ਦੇ ਅੰਦਰ ਹੀ ਸਟੋਰੇਜ ਹੋਏਗੀ ਇਹ ਜਿਹੜੀ ਹੈਗੀ ਹੈ। ਇਹ ਬਾਰਿਸ਼ ਦਾ ਪਾਣੀ ਜਦੋਂ ਛੱਤਾਂ 'ਤੇ ਡਿੱਗੇਗਾ ਉਹ ਪਤਨਾਲੇ ਜਿਹੜੇ ਹੈਗੇ ਲੱਗੇ ਹੋਏ ਉਹਨਾਂ ਨੂੰ ਵੀ ਕਲੋਜ਼ਡ ਜਿਹੜੇ ਆਪਾਂ ਪਾਈਪਾਂ ਨਾਲ ਥੱਲੇ ਪਾਈਪ ਵੱਡੇ 10 mm ਦੇ ਜਾਂ ਆਪਣੇ 8 ਇੰਚੀ ਔਰ 10 ਇੰਚੀ ਦੇ ਪਾਈਪ ਪਾਏ ਹੋਏ ਆ, ਉਹਨਾਂ ਦੁਆਰਾ ਇਹ ਫਿਲਟਰ ਗੈਲਰੀ ਵਿੱਚ ਆਪਣੇ ਫਿਲਟਰ ਲਗਾਇਆ ਹੋਇਆ ਆਪਾਂ, ਸ਼ਾਇਦ ਤੁਸੀਂ ਪਹਿਲਾਂ ਵੀ ਦਿਖਾਇਆ, ਅਤੇ ਉਹਦੇ ਵਿੱਚ ਆ ਕੇ ਜਿਹੜਾ ਹੈਗਾ ਕੋਈ ਪੱਤਾ ਹੈ ਜਾਂ ਮਿੱਟੀ ਹੈ, ਡੀਸਿਲਟਿੰਗ ਚੈਂਬਰ ਹੋਏਗਾ ਇੱਕ, ਉਹ 'ਚੋਂ ਸਾਫ਼ ਹੋ ਕੇ ਅੱਗੇ ਜਾ ਕੇ ਖੂਹ ਦੇ ਵਿੱਚ ਪਏਗਾ, ਫਿਰ ਪਾਣੀ ਉੱਥੇ ਜਾ ਕੇ ਸਟੋਰ ਹੋਏਗਾ ਵਿੱਚ, ਪੂਰੀ ਧਰਤੀ ਦੇ ਅੰਦਰ ਸਟੋਰ ਹੋਏਗਾ। ਸਾਡਾ ਬਾਹਰ ਕੋਈ ਸਟੋਰੇਜ ਦਾ ਸਿਸਟਮ ਨਹੀਂ ਲਾਇਆ ਅਸੀਂ। ਸਭ ਤੋਂ ਪਹਿਲਾਂ ਤਾਂ ਜੋ ਸਾਡੇ ਪ੍ਰੋਜੈਕਟ ਦੀ ਜਿਹੜੀ ਖਬਰ ਹੈ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣ ਦਾ ਉਪਰਾਲਾ ਜਿਹੜਾ ਕੀਤਾ ਹੈ ਚੈਨਲ ਵਾਲਿਆਂ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜਿਸ ਤਰ੍ਹਾਂ ਕਿ ਗੁਰੂ ਨਾਨਕ ਦੇਵ ਜੀ ਦੇ ਬਹੁਤ ਹੀ ਪੁਰਾਣੇ ਸਮੇਂ ਦੇ ਵਿੱਚ, ਉਹਨਾਂ ਦੇ ਸਮਿਆਂ ਦੇ ਵਿੱਚ ਇਹ ਲੋਕਾਂ ਨੂੰ ਦੱਸ ਦਿੱਤਾ ਸੀਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈ ਪਾਣੀ ਦੀ ਜਿਹੜੀ ਸਮੱਸਿਆ ਹੈ ਉਹ ਆ ਸਕਦੀ ਹੈ। ਉਹਨਾਂ ਨੇ ਉਸੇ ਟਾਈਮ ਜਿਹੜਾ ਹੈ ਪਵਨ ਪਿਤਾ ਮਾਤਾ ਧਰਤ ਮਹਤ ਦਾ ਜਿਹੜਾ ਦਰਜਾ ਪਾਣੀ ਨੂੰ ਜਿਹੜਾ ਪਿਤਾ ਦਾ ਦਰਜਾ ਦਿੱਤਾ ਸੀਗਾ, ਅਤੇ ਅੱਜ ਸਮੇਂ ਦੇ ਅਨੁਸਾਰ ਸਮੇਂ ਲੋਕਾਂ ਨੇ ਜਿਹੜਾ ਕੁਦਰਤ ਨੇ ਦੀਆਂ ਸਰੋਤ ਹੈ ਉਹਨਾਂ ਦੇ ਨਾਲ ਖਿਲਵਾੜ ਕੀਤਾ, ਜਿਸ ਦੇ ਤਹਿਤ ਜਿਹੜਾ ਪਾਣੀ ਦਾ ਪੱਧਰ ਹੈ ਬਹੁਤ ਨੀਚੇ ਚਲ ਗਿਆ। ਅਸੀਂ ਆਮ ਨਿਊਜ਼ ਦੇਖਦੇ ਹਾਂ, ਚੈਨਲਾਂ ਵਿੱਚ ਸੁਣਦੇ ਹਾਂ, ਖਬਰਾਂ ਵਿੱਚ ਪੜ੍ਹਦੇ ਹਾਂ ਕਿ ਕਈ ਸਟੇਟਾਂ ਹੈ, ਕਈ ਕੰਟਰੀਆਂ ਦੇ ਵਿੱਚ, ਦੱਖਣੀ ਅਫਰੀਕਾ ਵਰਗੇ ਜਿਹੜੀਆਂ ਕੰਟਰੀਆਂ, ਉਹਨਾਂ ਦੇ ਵਿੱਚ ਜਿਹੜਾ ਪੀਣ ਯੋਗ ਪਾਣੀ ਵੀ ਨਹੀਂ ਉਪਲਬਧ ਹੋ ਰਿਹਾ। ਜਿਹੜੇ ਉਹਦੀ ਜਨਰੇਸ਼ਨ ਹੈ, ਨੈਕਸਟ ਜਨਰੇਸ਼ਨ ਹੈ, ਉਹ ਪਾਣੀ ਦੇ ਲਈ ਤਰਸ ਰਹੇ ਹੈ, ਇੱਥੋਂ ਤੱਕ ਕਿ ਪਾਣੀ ਦੇ ਨਾਲ ਮੌਤਾਂ ਵੀ ਹੋ ਰਹੀਆਂ। ਸੋ ਸਾਡੇ ਇਸ ਸਕੂਲ ਦੇ ਵਿੱਚ ਮਨਰੇਗਾ ਦੇ ਡਿਪਾਰਟਮੈਂਟ ਵੱਲੋਂ ਇੱਕ ਬਹੁਤ ਵੱਡਾ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ। ਜਿਹੜਾ ਇਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ, ਇਹਨਾਂ ਜਿੰਨੀਆਂ ਛੱਤਾਂ ਹੈ, ਛੱਤਾਂ ਦਾ ਜੋ ਪਾਣੀ ਇਕੱਠਾ ਕਰਕੇ ਇੱਕ ਵੱਡੀ ਪਾਈਪਲਾਈਨ ਦੇ ਵਿੱਚ ਇਕੱਠਾ ਕਰਕੇ ਉਹਨੂੰ ਫਿਲਟਰ ਕਰਕੇ ਸਾਫ਼ ਕਰਕੇ ਜੋ ਪੁਰਾਣਾ ਪੁਰਾਣੇ ਸਮੇਂ ਦਾ ਇੱਕ ਖੂਹ ਸੀਗਾ ਲੱਗਿਆ ਹੋਇਆ, ਉਸ ਖੂਹ ਦੇ ਵਿੱਚ ਪਾ ਕੇ ਅਤੇ ਪਾਣੀ ਦਾ ਜਿਹੜਾ ਹੈ ਪੱਧਰ ਉੱਚਾ ਕਰਨ ਦਾ ਉਪਰਾਲਾ ਕੀਤਾ ਹੈ। ਇਸ ਦੇ ਨਾਲ ਜਿਹੜੇ ਇੱਥੇ ਦੇ ਸਕੂਲ ਦੀ ਬਨਸਪਤੀ ਹੈ ਜਾਂ ਨੇੜੇ ਤੇੜੇ ਦੇ ਟਿਊਬਵੈੱਲ ਹਨ, ਉਹਨਾਂ ਨੂੰ ਅਸੀਂ ਆਸ ਕਰਦੇ ਹਾਂ ਕਿ ਬਹੁਤ ਤਕੜਾ
एक पानी का लैवल जो उच्चा हो के बनस्पति जी हैगी हरी भरी नज़र आऊगी। सब तो पहले तो सरकार का या रेन वाटर हारवेस्टिंग जो सिस्टम है जरा पहले इतने लगे साढ़े सरकारी हाई स्कूल चनोली बसी सीनियर सैकेंडरी स्कूल जो है वही लगे अभी सरकार का बहुत धन्यवाद करना चाहते हैं जिन्होंने एदा वजिया प्रोजेक्ट ला के वाटर ज लैवल दिन पर दिन जो डाउन हो रहा है उन्होंने उपर चकन की कोशिश की है। असी आस करते हैं सरकार को भी होर भी इदा के प्लांट होर भी पिंड होर स्कूलों में लगाए जाता कि आने वाले समय के वाटर जो लैवल डाउन हो रहा वो दिक्कत है जी कुछ ना कुछ वह फर्क पैदा तो फायदा होगा। तो बाकी असी पिंड लैवल से बहुत धन्यवाद करते हैं जो भी सा कोई साड़ी कोई समर्थन हो साड़ी कोई अप्रोच है जो साड़ा कोई मतलब असियां नूं मदद की लोड़ आप देने तैयार हैं अभी बहुत धन्यवाद करते सरकार का।